ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੋਸੀ ਵਿਖੇ ਦਲਿਤ ਮੁਹੱਲੇ ਤੇ ਗੁੱਜਰ ਮੁਹੱਲੇ ਦੇ ਲੋਕ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਿੱਚ ਰਹਿਣ ਲਈ ਮਜਬੂਰ ਹਨ। ਪੀੜਿਤ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਸਮੇਂ-ਸਮੇਂ ਤੇ ਸੰਬੰਧਿਤ ਵਿਭਾਗ ਤੇ ਅਧਿਕਾਰੀਆਂ ਨੂੰ ਆਪਣੀ ਇਸ ਮੁਸ਼ਕਲ ਸੰਬੰਧੀ ਲਿਖਤੀ ਤੌਰ ਤੇ ਦੱਸ ਕੇ ਹੱਲ ਕਰਨ ਲਈ ਬੇਨਤੀ ਕੀਤੀ, ਪਰੰਤੂ ਕੋਈ ਅਸਰ ਨਹੀਂ ਹੋਇਆ। ਪਿੰਡ ਪੋਸੀ ਨਿਵਾਸੀ ਦਾ ਵਸਨੀਕ ਆ। ਸਾਡੇ ਘਰਾਂ ਦੇ ਮੋਹਰੇ ਜਿਹੜੀ ਸੜਕ ਆ ਇਹ ਤਕਰੀਬਨ 10 ਸਾਲ ਤੋਂ ਬੰਦ ਵਾ। ਅਸੀਂ ਬਰਸਾਤਾਂ ਨੂੰ ਇੱਥੇ ਪਾਣੀ ਖੜਾ ਰਹਿੰਦਾ, ਥੱਲੇ ਇੱਟਾਂ ਲੱਗੀਆਂ, ਇੱਟਾਂ 'ਤੇ ਘਾਹ ਜੰਮਿਆ। ਅਸੀਂ ਪੰਚਾਇਤ ਨੂੰ ਵੀ ਬਹੁਤ ਵਾਰੀ ਕਹਿ ਚੁੱਕੇ ਹਾਂ ਅਤੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖ ਕੇ ਦੇ ਚੁੱਕੇ ਹਾਂ ਕਿ ਸਾਡੇ ਜਿਹੜੇ ਰਸਤਾ ਬਣਾਓ, ਸਾਡੀ ਕੋਈ ਵੀ ਸੁਣਾਈ ਨਹੀਂ ਕਰ ਰਿਹਾ। ਅਤੇ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਜਿਹੜਾ ਰਸਤਾ ਜਲਦੀ ਜਲਦੀ ਚਾਲੂ ਕੀਤਾ ਜਾਵੇ। ਇੱਥੇ ਹੁਣ ਅਸੀਂ ਖੜ੍ਹੇ ਹਾਂ, ਇੱਥੇ ਬੜੀ ਵੱਡੀ 21 ਫੁੱਟ ਦੀ 22 ਫੁੱਟ ਦੀ ਗਲੀ ਬਣੀ ਆ। ਇੱਥੋਂ ਪਹਿਲਾਂ ਟਰੱਕਾਂ ਅਤੇ ਬੱਸਾਂ ਚੱਲ ਗੁਜ਼ਰਦੀਆਂ ਸੀ। ਹੁਣ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਰਕੇ ਇੱਥੇ ਪਾਣੀ ਖੜ੍ਹਾ ਆ, ਘਾਹ ਜੰਮਿਆ, ਅਤੇ ਜ਼ਿਮੀਂਦਾਰ ਨੇ ਆਪਣੇ ਖੇਤ ਮੂਹਰੇ ਵੀ ਵੱਟ ਕਰਤੇ, ਉੱਥੇ ਵੀ ਪਾਣੀ ਨਹੀਂ ਪੈਂਦਾ। ਅਤੇ ਇਹ ਰਾਹ ਬੰਦ ਆ। ਇਹ ਰਾਹ ਖੁਸ਼ੀਪੱਦੀ ਤੋਂ ਲੈ ਕੇ ਪੋਸੀ ਹਸਪਤਾਲ ਦੇ ਕੋਲ ਮੇਨ ਰੋਡ ਨੂੰ ਮਿਲਦਾ ਹੈ। ਪਿੰਡ ਪੋਸੀ ਵਿਖੇ ਮੈਂ ਬਤੌਰ ਜੇਈ ਲੱਗਾ ਹੋਇਆ। ਉੱਥੇ ਦੇ ਗੰਦੇ ਦੇ ਪਾਣੀ ਦੀ ਬੜੀ ਸਮੱਸਿਆ ਹੈ, ਜਿਹਦਾ ਅਸੀਂ ਟੈਕਨੀਕਲ 'ਤੇ ਹੱਲ ਵੀ ਕੀਤਾ, ਪਰ ਪਿੰਡ ਦੀ ਆਪਸ ਵਿੱਚ ਸਹਿਮਤੀ ਨਾ ਹੋਣ ਕਰਕੇ ਉਹ ਜਿਹੜਾ ਪ੍ਰੋਜੈਕਟ ਸਿਰੇ ਨਹੀਂ ਚੜ੍ਹਿਆ। ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜਨੋਹਾ ਦੀ ਰਿਪੋਰਟ, ਚੈਨਲ 2।